ਇੱਕ ਕਿਸਾਨ ਦੀ ਨਲਾਇਕੀ ਕਰਕੇ ਇੱਕ ਮਜ਼ਦੂਰ ਦੀ ਮੌਤ ਹੋ ਗਈ। 22 ਸਾਲ ਦੇ ਇਸ ਨੌਜਵਾਨ ਨੇ ਦਮ ਤੋੜ ਦਿੱਤਾ। ਕਿਸਾਨ ਦੇ ਵੱਲੋਂ ਆਪਣੇ ਖੇਤ ਦੇ ਆਲੇ ਦੁਆਲੇ ਕਰੰਟ ਵਾਲੀ ਤਾਰ ਲਗਾਈ ਹੋਈ ਸੀ, ਇਸ ਕਰਕੇ ਕਿ ਅਵਾਰਾ ਪਸ਼ੂ ਖੇਤ ਵਿੱਚ ਨਾ ਜਾ ਸਕਣ। ਮਜ਼ਦੂਰੀ ਕਰਦਾ ਝੋਨਾ ਲਗਾ ਰਿਹਾ ਇਹ ਮਜ਼ਦੂਰ ਨੌਜਵਾਨ, ਜਿਸ ਦਾ ਹੱਥ ਤਾਰ ਦੇ ਨਾਲ ਲੱਗ ਪਿਆ ਔਰ ਮੌਕੇ ਤੇ ਹੀ ਇਸਦੀ ਜਾਨ ਚਲੀ ਗਈ। ਇਸ ਦਾ ਸਾਥੀ ਇਸ ਨੂੰ ਬਚਾਉਣ ਦੇ ਲਈ ਅੱਗੇ ਆਇਆ, ਉਹ ਵੀ ਇਸ ਦੀ ਲਪੇਟ ਵਿੱਚ ਆ ਗਿਆ। ਗਣੀਮਤ ਰਹੀ ਕਿ ਉਸਦਾ ਬਚਾ ਰਿਹਾ, ਪਰ ਇਹ 22 ਸਾਲ ਦਾ ਨੌਜਵਾਨ ਮਜ਼ਦੂਰ ਇਸ ਦੀ ਖੇਤ ਦੇ ਵਿੱਚ ਹੀ ਮੌਤ ਹੋ ਗਈ। ਕਿਸਾਨ ਦੀ ਇੱਕ ਨਲਾਇਕੀ ਦੇ ਕਰਕੇ ਇੱਕ 22 ਸਾਲ ਦੇ ਨੌਜਵਾਨ ਦੀ ਜਾਨ ਚਲੀ ਗਈ। ਨਾਭਾ ਦੇ ਪਿੰਡ ਤੁੰਗਾ ਦਾ ਇਹ ਪੂਰਾ ਮਾਮਲਾ ਹੈ। ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇੱਕ ਕਿਸਾਨ ਦੇ ਵੱਲੋਂ ਕੰਡਿਆਲੀ ਤਾਰ ਦੇ ਵਿੱਚ ਕਰੰਟ ਛੱਡਿਆ ਹੋਇਆ ਸੀ ਦੇਸੀ ਜੁਗਾੜ ਲਾ ਕੇ, ਤਾਂ ਜੋ ਪਸ਼ੂ ਖੇਤ ਵਿੱਚ ਨਾ ਜਾ ਸਕਣ। ਪਰ ਝੋਨਾ ਲਗਾ ਰਿਹਾ ਇਹ ਮਜ਼ਦੂਰ, ਜੋ ਕਿ ਪ੍ਰਵਾਸੀ ਸੀ, ਮਾਪਿਆਂ ਦਾ ਇਕਲੌਤਾ ਪੁੱਤ ਸੀ, ਹਰ ਸਾਲ ਪੰਜਾਬ ਦੇ ਵਿੱਚ ਸੀਜ਼ਨ ਲਾਉਣ ਆਉਂਦਾ ਸੀ। ਇਸ ਨੌਜਵਾਨ ਦੀ ਮੌਤ ਹੋਈ ਹੈ ਔਰ ਇਸਦਾ ਹੱਥ ਆ ਜਿਹੜਾ ਕਰੰਟ ਵਾਲੀ ਤਾਰ ਦੇ ਨਾਲ ਲੱਗ ਪਿਆ। ਮੌਕੇ ਤੇ ਹੀ ਇਸਦੀ ਜਾਨ ਚਲੀ ਗਈ। 22 ਤਰੀਕ ਨੂੰ ਨਾਭਾ ਵਿਖੇ ਝੋਨਾ ਲਗਾਉਣ ਆਇਆ ਸੀ। ਦੂਜੇ ਪਾਸੇ ਪੁਲਿਸ ਦੇ ਵੱਲੋਂ ਕਿਸਾਨ ਦੇ ਖਿਲਾਫ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ। ਸੋ ਇਹ ਪੂਰਾ ਮਾਮਲਾ ਨਾਭਾ ਦੇ ਨਜ਼ਦੀਕ ਪੈਂਦੇ ਪਿੰਡ ਤੁੰਗਾ ਤੋਂ ਸਾਹਮਣੇ ਆਇਆ ਹੈ। ਤਾਂ ਦੂਜੇ ਪਾਸੇ ਲੋਕਾਂ ਦੇ ਵੱਲੋਂ ਵੀ ਇਸ ਕਿਸਾਨ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਹ ਪੌਦ ਲੈ ਕੇ ਗਏ ਤੇ ਜੀ ਪਿੰਡੋਂ ਟਰਾਲੀ, ਤੇ ਉਹ ਤਾਰ ਸਿੱਟੀ ਹੋਈ ਸੀ ਉਹਦੀ ਆਪਣੀ ਮੋਟਰ ਤੋਂ ਲਾ ਕੇ, ਗਵਾਂਢੀ ਦੀ, ਤੁੰਗਾ ਦਾ ਬੰਦਾ ਮਰੀਕ ਸਿੰਘ, ਉਹਦੀ ਆਪਣੀ ਕੋਠੇ 'ਚ ਲਾ ਕੇ ਤਾਰ ਸਿੱਟੀ ਪਈ ਸੀ 4 ਸਵੇਰ ਆਪਣੇ ਖੇਤ 'ਤੇ। ਕੋਈ ਪਤਾ ਨਹੀਂ ਜੇ ਕਰੰਟ ਛੱਡਿਆ ਹੋਇਆ, ਇਹ ਬੰਦਾ ਬਸ ਉੱਤੇ ਜਾ ਚੜਿਆ, ਪੱਟ ਦੇ ਲਵੇ ਛੱਡੀ 'ਤੇ, ਇਹ ਪੌਦ ਸਿੱਟਣ ਲੱਗਦੇ ਆਪਣੇ ਖੱਤੇ 'ਚ ਜੀਰੀ ਲਾਉਣ ਗਏ ਤੇ। ਕਿਸਾਨ ਦੀ ਅਣਗਹਿਲੀ ਆ ਜੀ, ਬਹੁਤ ਵੱਡੀ ਅਣਗਹਿਲੀ ਆ। ਅਸੀਂ ਵੀ ਮਰ ਸਕਦੇ ਤੇ ਜੀ, ਸਾਨੂੰ ਪਤਾ ਨਹੀਂ ਵੀ ਕੰਮ ਕਰਿਆ, ਅਜੇ ਹੁਣੇ ਕਰਿਆ ਉਹਨੇ ਕੰਮ, ਸਾਨੂੰ ਤਾਂ ਇਹਦੇ ਬਾਰੇ ਪਤਾ ਹੀ ਨਹੀਂ। ਜੇ ਪਤਾ ਹੁੰਦਾ ਫਿਰ ਪਰ ਦੱਸ ਦਿੰਦੇ ਵੀ ਕਰੰਟ ਆਵੇ। ਨਹੀਂ ਜੀ ਸਰ, ਛੱਡਣਾ ਨਹੀਂ ਚਾਹੀਦਾ। ਹੁਣ ਅੱਜ ਕੱਲ੍ਹ ਸੀਜ਼ਨ ਦਾ ਟਾਈਮ ਆ, ਕੋਈ ਵੀ ਬੰਦਾ ਸਵੇਰੇ ਹਨੇਰੇ ਸਵੇਰੇ ਜਾ ਸਕਦਾ, ਕਿਸੇ ਦੀ ਮੌਤ ਹੋ ਸਕਦੀ ਨਹੀਂ, ਭਾਵੇਂ ਇਹ ਪਰਦੇਸੀ ਤੇ ਇਹਦੀ ਹੋ ਗਈ। ਅਸੀਂ ਵੀ ਰਾਤ ਨੂੰ ਦਿਨ ਰਾਤ ਗਵਾਂਢੀ ਹੋਰ ਵੀ ਫਿਰਦੇ ਆ ਮੋਟਰਾਂ 'ਤੇ, ਉਹਨਾਂ ਦੀ ਮੌਤ ਹੋ ਸਕਦੀ। ਉਹ ਬੰਦੇ ਦੀ ਅਣਗਹਿਲੀ ਕਾਰਨ ਇਹ ਬੰਦੇ ਦੀ ਮੌਤ ਹੋਈ ਆ। ਉਹਨੇ ਡਾਇਰੈਕਟ ਲਾ ਰੱਖੀ ਸੀ, ਝਟਕੇ ਵਾਲੀ ਤਾਰ ਨਹੀਂ ਤੀ, ਡਾਇਰੈਕਟ ਤਾਰ ਲਾ ਰੱਖੀ ਸੀ ਕੋਠੇ 'ਚੋਂ, ਉਹਦੇ ਕਾਰਨ ਇਹ ਪਰਦੇਸੀ ਦੀ ਮੌਤ ਹੋ ਗਈ। ਜਦੋਂ ਸਾਨੂੰ ਪਤਾ ਲੱਗਿਆ ਅਸੀਂ ਸੁੱਚ ਕੱਟ ਕੇ ਫਿਰ ਇਹ ਬੰਦੇ ਨੂੰ ਹੋਸਪਿਟਲ ਨਾਭਾ ਲੈ ਕੇ ਆਏ ਹਾਂ, ਉਰੇ ਆ ਕੇ ਡੈੱਡ ਕਰਾਰ ਦਿੱਤਾ ਗਿਆ। ਇਹ ਬਹੁਤ ਵੱਡੀ ਗਲਤੀ ਹੈ ਕਿਸਾਨ ਦੀ। ਵੈਸੇ ਤਾਂ ਜੀ ਤਾਰ ਕਿਸੇ ਨੂੰ ਵੀ ਇਹ ਕੰਮ ਲਾਉਣੀ ਨਹੀਂ ਚਾਹੀਦੀ, ਉੱਥੇ ਕੋਈ ਵੀ ਬੰਦਾ ਹੋਰ ਵੀ ਬੰਦਾ ਨੁਕਸਾਨ ਹੋ ਸਕਦਾ ਸੀ ਜੀ। ਇਹ ਤਾਂ ਜਦ ਪੌਦ ਲੈ ਕੇ ਗਏ, ਇਹ ਗਰੀਬਾਂ ਨੂੰ ਵਿਚਾਰਿਆਂ ਨੂੰ ਪਤਾ ਕੁਛ ਨਹੀਂ ਸੀ ਵੀ ਇੱਥੇ ਕੋਈ ਕਰੰਟ ਵਾਲੀ ਤਾਰ ਲੱਗੀ ਹੋਈ ਹੈ। ਉਹ ਜਦ ਆਪਣੇ ਖੇਤ ਦੇ ਵਿੱਚ ਸਿੱਟਣ ਲੱਗੇ ਤਾਂ ਉਹ ਮੁੰਡੇ ਦਾ ਪੈਰ ਡਿੱਗ ਗਿਆ, ਉਹ ਤਾਂ ਜਦੇ ਡਿੱਗ ਗਿਆ, ਇਹ ਦੂਏ ਹੱਥ ਪਾਉਣ ਲੱਗੇ ਜੀ, ਉਹਨਾਂ ਨੂੰ ਵੀ ਝਟਕਾ ਲੱਗਿਆ, ਉਹ ਛੱਡਤਾ ਅਤੇ ਉਹਨੂੰ ਆਪਣੇ ਨਾਭਾ ਹਸਪਤਾਲ ਦੇ ਵਿੱਚ ਲਿਆਂਦਾ ਗਿਆ। ਜਦ ਉਰੇ ਜਦ ਉਸ ਟਾਈਮ ਥੋੜ੍ਹੇ ਥੋੜ੍ਹੇ ਸਾਹ ਹੈਗੇ ਤੇ ਜੀ, ਅਤੇ ਫਿਰ ਜਾਂ ਉਰੇ ਲਿਆਂਦਾ ਗਿਆ ਅਤੇ ਡਾਕਟਰ ਜੀ ਬੋਲ ਕਿਸੇ ਦਾ ਵੀ ਜਾ ਸਕਦੀ, ਸਾਡੀ ਵੀ ਜਾ ਸਕਦੀ ਸੀ, ਜਾਂ ਉੱਥੇ ਜੀ ਪਤਾ ਨਹੀਂ ਸੀ ਸਾਨੂੰ ਤਾਂ ਵੀ ਇਹ ਤਾਰ ਕੇ ਲਾਈ ਹੋਈ ਹੈ, ਕਾਹਦੀ ਖਾਤਰ ਲਾਈ ਹੋਈ ਹੈ। ਔਰ ਬਟ ਪੇ ਤਾਰ ਲਗਾ ਰੱਖਾ ਥਾ, ਉਸਮੇ ਲਾਈਟ ਹਮਕੋ ਮਾਲੂਮ ਨਹੀਂ ਥੀ, ਹੈ ਜਾਂ ਨਹੀਂ, ਇਹ ਤਾਰ ਦਿਖ ਨਹੀਂ ਰਿਹਾ ਥਾ ਬਟ ਪੇ, ਦੂਸਰੇ ਖੇਤ ਮੇ, ਦੂਸਰੇ ਕੀ ਬਟ ਪੇ, ਆਪ ਜੀ ਜੀਰੀ ਨਾਲ ਲਗਾਨੇ ਗਏ ਥੇ। ਉਹ ਦੇਖਾ ਕਾ ਉਹ ਮੇਰਾ ਬੰਦਾ ਗਿਰ ਗਿਆ, ਉਸਕੋ ਦੂਸਰੇ ਨੇ ਐਚਾ, ਉਸਕੇ ਵੀ ਕਰੰਟ ਲਗਾ, ਉਹ ਨੀਚੇ ਗਿਰ ਗਿਆ, ਉਹ ਬਚ ਗਿਆ ਔਰ ਇਹ ਐਕਸਪਾਇਰ ਹੋ ਗਿਆ, ਮਰ ਗਿਆ। ਤੁੰਗਾ ਪਿੰਡ ਮੇ ਤਾਰ ਬਟ ਪੇ ਤਾਰ ਲਗਾ ਰੱਖਾ ਥਾ ਇੱਕ ਨੇ, ਜਿਸਮੇ ਹਮ ਜੀਰੀ ਲਗਾਨੇ ਜਾ ਰਹੇ ਥੇ, ਉਸਕੇ ਪਾਸ ਵਾਲੇ ਖੇਤ ਮੇ ਤਾਰ ਲਗਾ ਥਾ, ਉਸ ਬਟ ਪੇ ਮੇ ਲੋਕ ਜਾ ਰਹਾ ਥਾ।
वो बोला बट पे लैया लिया जा रहा था, वो लैया लेकर गिर गया, पौध लेकर गिर गया, उसे उठाने की कोशिश की जा रही थी, जिसने खींचा उसने को फेंक दिया, करंट फेंक दिया तो इसकी मौत हो गई। बड़ी गलती सामने आ रही है किसान की। हाँ, उस किसान की तो बहुत गलती आ रही है। इतने पे तार लगा था, एक फिट पे नहीं था, वो दिखा नहीं रहा था सर। सीधा करंट लगा हुआ, सीधा करंट कोठरे से लगा था, ट्रांसफार्म की स्विच काटी गई, तब बंदा उठाया गया। सन उन्हें इतला मिली थी, मैं मौके पे आके आतंकवाड़ी जा भी खेत जो अपना जानवरों तो रोकने लिए तार लाई हुई थी, फिर करंट वाली जी करंट छड़ देने भी शॉट मारे, बाकी वो तो लगे कि बहुत रही आता सी अपना जी लाने नेड़े गुरधीर सिंह की उन्हें ठेके जी मिली आतंकों की, तो जो बहुत लिया पैर तो लगे, ਪੈਦਲ ਕੇ ਉਦੋਂ ਤਾਰ ਨੱਥ ਵੱਜਿਆ, ਅਤੇ ਉਹ ਮੌਕੇ 'ਤੇ ਮੈਂ ਪੜਤਾ ਉੱਥੇ ਕਰਕੇ ਆਇਆ, ਬਾਕੀ ਹਾਲੇ ਦੇਖ ਕਰੰਟ 'ਚ ਸੀਗਾ ਤਾਂ ਹੀ ਤਾਂ ਉਹ ਤਾਰ ਕਰੰਟ ਲੱਗਿਆ ਉਹਨੂੰ, ਬਾਕੀ ਹਾਲੇ ਜੋ ਮੈਡੀਕਲ ਵੀ ਕਰੰਟ ਨਾ ਹੋਇਆ ਕੀ ਹੋਇਆ ਬਾਕੀ ਉਹ ਮੈਡੀਕਲ ਕੀ ਕਾਰਵਾਈ ਕਰ ਰਹੇ ਹੋ ਹੁਣ ਤੁਸੀਂ ਅਤੇ ਕੀ ਨਾਮ ਹੈ ਇਹਦਾ ਲੜਕੇ? ਇਹਦਾ ਇਹ ਲੜਕਾ ਜੀ ਨਾ ਇਹਦਾ ਨਾਮ ਜੀ ਹੈਗਾ ਅਖਿਲੇਸ਼ ਰਾਜ, ਪੁੱਤਰ ਮਥੁਰਾ ਪ੍ਰਸ਼ਾਦ ਵਾਸੀ ਇਹ ਯੂਪੀ ਦਾ ਜੀ। ਬਿਲਕੁਲ ਮਿਲੂਗਾ ਜੀ, ਜੋ ਬਣਦੀ ਕਾਰਵਾਈ ਕੀਤੀ ਜਾਊਗੀ, ਜਿਹਦੀ ਗਲਤੀ ਹੋਊਗੀ।